ਸੋਨੇ ਆ ਬੋਲੇ ਸੋਨਿਆ ਅੱਜ ਇਹ ਦੋਵੇਂ ਜੋ ਤੁਸੀਂ ਦੇਖ ਰਹੇ ਜੇ ਰਜਿੰਦਰ ਕੁਮਾਰ ਔਰ ਰਵੀ ਸੋਰੀ ਮਾਫੀ ਚਾਹੁੰਦਾ ਰਵੀ ਕੁਮਾਰ ਔਰ ਸਰਦਾਰ ਰਜਿੰਦਰ ਸਿੰਘ ਇਹਨਾਂ ਦਾ ਕੋਈ ਕਿਸੇ ਵਾਇਲੈਂਸ ਨਾਲ ਵਾਸਤਾ ਨਹੀਂ ਸੀ ਕਿਸੇ ਲੜਾਈ ਝਗੜੇ ਨਾਲ ਵਾਸਤਾ ਨਹੀਂ ਸੀਗਾ ਕੇਵਲ ਔਰ ਕੇਵਲ ਪੁਲਿਸ ਨੇ ਬੁਲਾਇਆ ਔਰ ਬੁਲਾਇਆ ਵੀ ਕੀ 160 ਦੇ ਨੋਟਿਸ ਦੇ ਕੇ ਜਿਹਦੇ ਅੰਦਰ ਗਵਾਹ ਦੇ ਤੌਰ 'ਤੇ ਬੁਲਾਇਆ ਜਾਂਦਾ ਗਵਾਹ ਦੇ ਤੌਰ 'ਤੇ ਔਰ ਚੁੱਕ ਕੇ ਅਤੇ ਅੰਦਰ ਭੇਜਤਾ ਪਰਚੀਆਂ ਦੀ ਤਾਂ ਕੋਈ ਤਾਰਾ ਛੱਡੀ ਨਹੀਂ ਕੋਈ 307 ਤੋਂ ਲੈ ਕੇ 10 ਸਾਲ ਦੀ ਸਜ਼ਾ ਵਾਲੇ ਇਸ ਕੇਸ ਦੇ ਅੰਦਰ 10 ਸਾਲ ਦੀ ਸਜ਼ਾ ਦੀਆਂ ਸਾਰੀਆਂ ਧਾਰਾਵਾਂ ਲਾ ਰੱਖੀਆਂ ਨੇ 147 48 49 323 307 ਕੋਈ ਧਾਰਾ ਛੱਡੀ ਨਹੀਂ ਮਤਲਬ ਮੈਂ ਦੇਖਿਆ ਵੀ ਡਿਕਸ਼ਨਰੀ 'ਚ ਪੜ੍ਹੀ ਗਏ ਵੀ ਕਿੰਨੀਆਂ ਲੱਗ ਸਕਦੀਆਂ ਸਾਰੀਆਂ ਲਾ ਦਿਓ 120 ਵੀ ਲਾਸਟ ਅੰਦਰ ਔਰ ਕੋਈ ਕਾਰਨ ਨਹੀਂ ਔਰ ਤੁਸੀਂ ਹੈਰਾਨ ਹੋ ਗਏ ਜਦੋਂ ਜੱਜ ਦੇ ਕੋਲ ਕੇਸ ਜਾ ਰਹੇ ਨੇ ਉਹ ਵੀ ਬੜੇ ਸ਼ੌਕਡ ਹੋ ਰਹੇ ਨੇ ਉਹ ਕਹਿ ਰਹੇ ਅੱਛਾ ਗ੍ਰੀਵੀਅਸ ਇੰਜਰੀ ਆ ਲਿਆਓ ਕਿੱਥੇ ਇੰਜਰੀ ਗ੍ਰੀਵੀਅਸ ਉਹ ਕਹਿੰਦਾ ਜੀ ਇੱਥੇ ਖਰੋਚ ਲੱਗੀ ਡਾਕਟਰ ਨੇ ਲਿਖਿਆ ਜੀ ਅੱਛਾ ਇੱਕ ਕੇਸ 'ਚ ਪੇਸ਼ ਕੀਤਾ ਗ੍ਰੀਵੀਅਸ ਇੰਜਰੀ ਔਰ ਨਿਕਲਿਆ ਕਿ ਮੈਡੀਕਲ ਰਿਪੋਰਟ ਮੰਗਾਈ ਜੱਜ ਸਾਹਿਬ ਨੇ ਕਿਹਾ ਮੈਡੀਕਲ ਰਿਪੋਰਟ ਲੈ ਕੇ ਆਓ ਅਤੇ ਮੈਡੀਕਲ ਰਿਪੋਰਟ ਪਤਾ ਕੀ ਲਿਖਿਆ ਸੀਗਾ ਕਿ ਮੋਚ ਆਈ ਆ ਮੋਚ ਆਈ ਨੂੰ ਗ੍ਰੀਵੀਅਸ ਇੰਜਰੀ ਦਿਖਾ ਕੇ ਬੰਦੇ ਅੰਦਰ ਬੰਦ ਕੀਤੇ ਨੇ ਇਸੇ ਤਰੀਕੇ ਇਹਨਾਂ ਨਾਲ ਕੀਤਾ ਸੀਗਾ ਪਰ ਇਹ ਸਾਰੀ ਲੜਾਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਸੇ ਤਰ੍ਹਾਂ ਲੜ ਰਹੀ ਆ ਲੜਦੀ ਰਹੂਗੀ ਮੈਂ ਬਾਕੀ ਕਿਉਂਕਿ ਨਾ ਸਾਨੂੰ ਦੇਣ ਦੇ ਅੰਦਰ ਸੈਂਕੜੇ ਫੋਨ ਆਉਂਦੇ ਜਦੋਂ ਇੱਕ ਦੀ ਜ਼ਮਾਨਤ ਤੋਂ ਜਾਂਦੀ ਆ ਪਰਿਵਾਰ ਦੇ ਲੋਕ ਨੇ ਵਿਚਾਰੇ ਇੱਡੀ ਗਮ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ